इस साथ जो है उस्मान भाई हैं और हम लोग निकल रहे हैं जनाब बट कड़ाई वाले के पास, और पीछे जनाब हमारे हैं भाई तला भाई। तो मैंने कहा यार व्लॉग ही स्टार्ट कर लें, क्योंकि व्लॉग स्टार्ट करने से पहले आप लोगों से गुजारिश यही करनी होती है कि भाई वीडियो को लाइक लाजमी करें और हमारे चैनल को सब्सक्राइब करें ताकि हमारी हर नई आने वाली वीडियो आप तक बार वक्त पहुँच सके। बहुत शुक्रिया। बाकी जनाब अभी हम लोग जा रहे हैं, इधर पूरा डेजर्ट ही है सारा, ये आप देख सकते हैं जैसे कि पहले एज यूजुअल हम आपको दिखाते हैं डेजर्ट में ही हम लोग जनाब यहाँ पे जॉब वगैरह कर रहे हैं, और उसके बाद जनाब हम लोग निकल रहे हैं उधर होटल पे। अपने जवान पुता अल्लाह वो अपनी जिंदगी जो अपने बच्चों ने इस दुनिया से जब कितना दुख कितनी तकलीफ सी उस बार शरीर की, मैं ऐसी कभी देखा ही नहीं, इसका अपने वाला देखे ना जी हां, लेकिन उसकी मां का एक वो चीज नहीं देखी मां का कलाज कभी मैं जो पल गल है जो इंसान कितनी पाव होती है ना इंसान सुनता फिर वो ना ਇੱਦੇ ਇੱਕ ਦਿਨ ਜਿੱਦਾਂ ਜੋ ਵਾਲਾ ਗਈ ਨਾ ਤੇ ਮੈਨੂੰ ਬੜਾ ਮਹਿਸੂਸ ਹੋਇਆ ਇਸ ਚੀਜ਼ ਦਾ ਨਾ ਕਿ ਅਸੀਂ ਨਾ ਜ਼ਿੰਦਗੀ 'ਚ ਦਾਦੀ ਦੀ ਜ਼ਿੰਦਗੀ 'ਚ ਵੀ ਅਸੀਂ ਦੇਖਿਆ ਨਹੀਂ ਕਿ ਉਹਨੇ ਯਾਨੀ ਇਹ ਬੜੇ ਸਬਰ ਨਾਲ ਇਹ ਚੀਜ਼ਾਂ ਬਰਦਾਸ਼ਤ ਕਰ ਲਈਆਂ, ਜਿੰਨੇ ਬੁੱਤ ਨਾਲ ਜ਼ਿੰਦਗੀ 'ਚ ਚਲੇਗਾ ਉਹ ਕੀ ਹੋਇਆ ਕਿ ਯਾਨੀ ਇੱਦਾਂ ਹੀ ਹਾਰਟ ਅਟੈਕ ਹੋ ਗਿਆ ਜਾਂ ਜ਼ਿਆਦਾ ਸਾਡਾ ਹਾਰਟ ਦਾ ਮਸਲਾ ਨਾ ਉਹ ਨਾ ਮੈਂ ਵੀ ਇਸ ਦਿਨ ਇਹ ਵੀ ਬੈਠੇ ਬੈਠੇ ਸੋਚਿਆ ਕਿ ਉਹ ਉਸ ਔਰਤ ਦਾ ਕੰਮ ਕਿਤੇ ਨਹੀਂ ਦੇਖਿਆ ਅਤੇ ਜਵਾਨ ਜਿਹੜਾ ਅੱਲਾ ਮਾਫੀ ਦੇਵੇ ਜਾਣਾ ਨਾ, ਮੈਂ ਪਹਿਲਾਂ ਸੋਚਦਾ ਹੁੰਦਾ ਸੀ ਪਤਾ ਨਹੀਂ ਇੰਨੀ ਪਰੇਸ਼ਾਨੀ ਆ ਸਾਡੇ ਘਰ ਜਾਂ ਇੱਦਾਂ ਅਸੀਂ ਪਰੇਸ਼ਾਨ ਹੁੰਦੇ ਹਾਂ, ਲੇਕਿਨ ਉਹ ਹਰ ਬੰਦੇ ਦੀ ਇੰਨੀ ਪਰੇਸ਼ਾਨੀ ਹੈ, ਜਿਵੇਂ ਕਹਿੰਦੇ ਨੇ ਦੁਨੀਆ ਮੈਂ ਕਿਤਨਾ ਗਮ ਹੈ ਮੇਰਾ ਗਮ ਕਿਤਨਾ ਗਮ, ਇਨਸਾਨ ਦੀ ਆਪਣੀ ਪਰੇਸ਼ਾਨੀ ਆਪਣਾ ਕਿਤਾਬ ਬਿਲਕੁਲ ਸਹੀ ਗੱਲ, ਉਹ ਕਿੱਦਾਂ ਉਹਦੀ ਜ਼ਿੰਦਗੀ ਗੁਜ਼ਰ ਰਹੀ ਹੈ ਕਿਸੇ ਨੂੰ ਪਤਾ ਬਿਲਕੁਲ, ਅੰਦਰ ਖਾਤੇ ਕੀ ਚੱਲ ਰਿਹਾ ਕੀ ਪਰੇਸ਼ਾਨੀਆਂ ਨੇ ਕੀ ਮੁਸੀਬਤਾਂ, ਹਾਂਜੀ ਖਾਨਦਾਨ ਦੇ ਵਿੱਚ ਆਪਣੇ ਭੈਣ ਭਾਈਆਂ ਦੇ ਮਸਾਇਲ ਆ ਦੇ ਦੇਖੇ ਜੀ ਆ ਰਿਹਾ ਉਹਨਾਂ ਕੋ ਜੀ ਆ ਵੀ ਜ਼ਿੰਦਗੀ گزار ਰਹੇ ਆ ਬਿਲਕੁਲ, ਮੇਰੇ ਵਾਲਾ ਮੈਂ ਆਪ ਬਚਪਨ ਤੋਂ ਚੈੱਕ ਕਰਾਇਆ ਸੀ ਡਾਕਟਰ ਆਸਫ ਸੀਗਾ ਸੁਨੀਲ ਜੀ ਇਹਨਾਂ ਜੀ ਨਾਮ ਆ ਯਾਦ ਆ, ਅੱਛਾ ਅੱਛਾ, ਅਤੇ ਉਹ ਨਾ ਯੰਗ ਏਜ ਵਿੱਚ ਨਾ ਡੈਥ ਹੋ ਗਈ, ਉਹਦੀ ਵਾਈਫ ਨੇ ਨਾ ਸਾਰੀ ਜ਼ਿੰਦਗੀ ਜਾਈਆਂ ਡਾਕਟਰ ਦੀ ਵਾਈਫ ਸੀਗੀ ਅੱਛੀ ਜ਼ਿੰਦਗੀ ਸੀ, ਹਾਂਜੀ ਅਚਾਨਕ ਉਹਦੇ ਹਸਬੈਂਡ ਦੀ ਡੈਥ ਹੋਈ, ਉਹਨੇ ਮਸ਼ੀਨ ਚਲਾ ਕੇ ਸਾਰੀ ਜ਼ਿੰਦਗੀ ਆਪਣੇ ਟੁੱਟਿਆ ਬੱਚਿਆਂ ਨੂੰ ਪਾਲਿਆ, ਅਤੇ ਉਹ ਬੱਚਾ ਵੀ ਪਿੱਛੇ ਜਿਹਾ ਜਵਾਨ ਹੋਇਆ ਸੀ ਜੋਬ 'ਚ ਲੱਗਾ ਸੀ ਉਹਦੀ ਵਿਚਾਰੀ ਹਾਰਟ ਨਾਲ ਡੈਥ ਹੋ ਗਈ, ਇਨਸਾਨ ਵਾਸਤੇ ਕਿੰਨੀ ਤਕਲੀਫ ਹੈ ਬਿਲਕੁਲ, ਅਤੇ ਇਨਸਾਨ ਵੀ ਇਹਦੇ ਮੁਸ਼ਕਿਲਾਂ ਨਾਲ ਹੀ ਆ, ਆਮੀਨ ਆਮੀਨ ਜ਼ਿੰਦਗੀ ਮੌਤ ਤਾਂ ਫਿਰ ਅੱਲਾਹ ਦੇ ਹੱਥ 'ਚ ਨਾ, ਜੋ ਉਹਨੂੰ ਮਨਜ਼ੂਰ ਹੋਣਾ ਤਾਂ ਉਹੀ ਹੈ ਜੋ ਵੀ ਸਹਿਤੀ ਤੇ ਕਹਿੰਦਾ ਅਪੁਆਇੰਟਮੈਂਟ ਲੈ ਉੱਥੇ ਅਪੁਆਇੰਟਮੈਂਟ ਲਈ ਆ, ਉੱਥੇ ਵੀ ਉਹ ਪਤਾ ਕੀ ਸ਼ੋਅ ਕਰਦਾ ਵਾ, ਉਹ ਸ਼ੋਅ ਕਰਦਾ ਵਾ ਕਿ ਉਹ ਜੀ ਤੁਸੀਂ ਉਹ ਬੱਚੇ ਦਾ ਆਈ ਡੀ ਕਾਰਡ ਨੰਬਰ ਮਾਤਾ ਹੁਣ ਆਈ ਡੀ ਬਹੁਤ ਕੰਮ ਹੀ ਨਹੀਂ ਬਣਿਆ, ਲੇਕਿਨ ਉਹ ਵਿਜ਼ਿਟ 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 ਵਾਲਿਆਂ ਦੇ ਵਿੱਚ ਜਾ ਕੇ ਕਰ ਸਕਦੇ, ਉਹਨੇ ਵਿਜ਼ਿਟ ਵਾਲਾ ਹੈ ਹੀ ਨਹੀਂ, ਅੱਛਾ ਅਤੇ ਇਨ ਪਰਸਨ ਦੇ ਵਿੱਚ ਤਾਂ ਲਈ ਅਪੁਆਇੰਟਮੈਂਟ ਜਾ ਕੇ ਆਪਣੀ ਅਪੁਆਇੰਟਮੈਂਟ ਲਈ ਆ ਬਿਲਕੁਲ ਸਹੀ, ਉਹਦੇ 'ਚ ਲੱਗ ਜਾਏਗੀ ਛੋਟਾ ਹੀ ਹੋਵੇਗਾ ਤਾਂ ਪਤਾ ਨਹੀਂ ਨਾ ਹੀ ਅੱਲਾ ਖੈਰ ਕਿ ਉਹ ਲੱਗ ਜਾਏਗੀ ਅੱਲਾ ਖੈਰ ਕਰੇ, ਇਹ ਜਨਾਬ ਬਾਤ ਕਰ ਰਹੇ ਹਾਂ ਵੈਕਸੀਨੇਸ਼ਨ ਕੀ, ਜੋ ਲੋਕ ਵਿਜ਼ਿਟ ਵੀਜ਼ੇ ਪੇ ਯਹਾਂ ਪੇ ਆਤੇ ਹੈ ਔਰ ਕੁਛ ਲੋਕੋਂ ਕੀ ਵੈਕਸੀਨੇਸ਼ਨ ਨਹੀਂ ਹੋਈ ਹੁੰਦੀ ਖਾਸ ਤੌਰ ਪਰ ਬੱਚੋਂ ਕੀ, ਤਾਂ ਉਹ ਜੋ ਕਰਵਾਉਣੀ ਹੁੰਦੀ ਹੈ ਤਾਂ ਉਹ ਆਪ ਅਪੁਆਇੰਟਮੈਂਟ ਲੈਤੇ ਹੈ ਵਿਜ਼ਿਟ ਪੇ ਜਾ ਕੇ, ਯਾਨੀ ਸਿਆਸੀ ਪੇ ਜਾ ਕੇ ਵਿਜ਼ਿਟ ਵਾਲੇ ਜੋ ਹੈ
وعلیکم السلام. الحمد للہ ٹھیک ٹھاک, آپ سنائیں سب خیریت ہے؟ میٹنگ برخاست ہو گئی, کھانا چانا ہو گیا سب کا, اب ہر کوئی جا رہا کرو گھر ہی, کرو گھر ہی نہیں جا رہے, سائٹوں میں جا رہے. ڈرائی فروٹ لینے ہو تو آ جاؤ بھائی, گڈی وہ اگے وہ ساری گڈی دھوپے کھڑی ہے جی. ابھی ہم لوگ نکل رہے ہیں سائٹ پہ, بیٹھو جی. اوہ سبحان اللہ سبحان اللہ سبحان اللہ جی, کھانا شانا بھی ہو گیا الحمد للہ رب العالمین. ابھی نکلیں گے جناب سائٹ پہ, تو عثمان صاحب گاڑی چلا رہے ہیں, پیچھے بیٹھے ہوئے ہیں حارث بھائی اینڈ طلحہ باز, اور ہم لوگ ابھی جائیں گے سائٹ پہ. تو انشاءاللہ ملتے ہیں جناب آپ کو نیکسٹ ولاگ میں. آپ لوگوں نے جناب لازمی سبسکرائب کر دینا ہمارے چینل کو, آپ سب کا بہت شکریہ, تھینک یو سو ویری مچ. اپنا بہت ذرا خیال رکھیے گا گائز, ان شاء اللہ ملتے ہیں پھر.